ਵਾਹਿਗੁਰੂ ਵਾਹਿਗੁਰੂ ਸੱਚਾ ਪਾਸ਼ਾ ਮਹਾਰਾਜ ਦੇ ਰਿਆਸਰਾ ਚਾਹੀਦਾ ਦਾਤਿਆ ਵਾਹਿਗੁਰੂ ਵਾਹਿਗੁਰੂ ਆ ਗੁਰਮੁਖ ਪਿਆਰਿਓ ਆਪਾਂ ਨੇ ਜੋ ਗਰਬਾਣੀ ਵਿੱਚ ਮਹਾਰਾਜ ਦੱਸ ਰਹੇ ਹਨ ਤੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਤਉ ਸਤਿ ਮਨ ਨੂੰ ਜਗਾਉਣਾ ਕਿਵੇਂ ਮਹਾਰਾਜ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਰੱਗੇ ਮਹਾਰਾਜ ਦੱਸ ਰਿਹਾ ਕਹਿੰਦੇ ਬਿਨ ਨਾਵੇਂ ਜਗ ਕਮੜਾ ਫਿਰੇ ਗੁਰਮੁਖ ਨਦਰਿ ਆਇਆ ਧੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਹੁਣ ਇਸ ਕਰਕੇ ਗੁਰਮੁਖ ਪਿਆਰਿਓ ਨਾਮ ਤੋਂ ਬਿਨਾ ਜਿਵੇਂ ਇੱਥੇ ਜ਼ਹਿਰ ਚੜ ਜਾਏ ਬੰਦੇ ਨੂੰ ਉਹਨੂੰ ਫਿਰ ਡਾਕਟਰ ਦਵਾਦਾਰੂ ਦਿੰਦੇ ਨੇ ਹੁਣ ਮਨ ਨੂੰ ਜਿਹੜਾ ਜ਼ਹਿਰ ਚੜਿਆ ਇਹਦਾ ਦਵਾਦਾਰੂ ਕੀ ਹੈ ਇਹਦਾ ਦਵਾਦਾਰੂ ਹੈ ਵੈਦ ਕੋਲ ਸਤਗੁਰ ਵੈਦ ਕੋਲ ਮੇਰਾ ਵੈਦ ਗੁਰਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਜੇ ਕਾਟੇ ਜਮਕੀ ਫੰਦਾ ਮਨ ਗਰਮੋ ਪਿਆਰੋ ਜੇ ਆਪਾਂ ਇਹਨਾਂ ਨੂੰ ਸਾਰੇ ਸ਼ਬਦਾਂ ਨੂੰ ਸਮਝ ਲਈਏ ਫਿਰ ਆਪਣੇ ਆਪ ਵਾਸਤੇ ਵੀ ਕੁਛ ਕਰੀਏ ਸਰੀਰ ਵਾਸਤੇ ਤਾਂ ਆਪਾਂ ਸਾਰੇ ਕਰ ਹੀ ਰਹੇ ਆਂ ਨਾਲ ਨਾਲ ਆਪਾਂ ਅੱਜ ਵੇਖਾਂਗੇ ਕਿ ਬਹੁਤ ਦੁਨੀਆ ਚਾਹਦੀ ਹੈ ਪ੍ਰਮਾਤਮਾ ਨੂੰ ਮਿਲਣਾ ਪਰ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਉਹ ਕਿਵੇਂ ਕਰਮ ਕਾਂਡਾਂ ਦੇ ਵਿੱਚ ਪੈ ਜਾਂਦੇ ਨੇ ਔਰ ਕਰਮ ਕਾਂਡਾਂ ਦੇ ਵਿੱਚ ਪਾ ਕੇ ਉਹ ਆਪਣਾ ਜਿਹੜਾ ਜ਼ਿੰਦਗੀ ਦਾ ਸਮਾਂ ਹੈ ਨਿਫਲ ਗਵਾ ਜਾਂਦੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਜੀਵ ਬਾਣੀ ਪੜ੍ਹਦੇ ਨੇ ਇੱਕ ਕਰਮ ਕਾਂਡ ਦੀ ਤਰ੍ਹਾਂ ਕਿ ਮੈਂ ਬਾਣੀ ਪੜ੍ਹਨੀ ਹੈ ਉਹਨੂੰ ਸਮਝਣਾ ਵੀ ਨਹੀਂ ਤੇ ਸਮਝ ਕੇ ਜੋ ਮਹਾਰਾਜ ਕਹਿੰਦੇ ਨੇ ਉਹ ਫਿਰ ਕਰਨਾ ਤਾਂ ਕਿੱਥੇ ਹੈ ਜਦੋਂ ਸਮਝਿਆ ਹੀ ਨਹੀਂ ਪਹਿਲਾਂ ਇਸ ਕਰਕੇ ਆਪਾਂ ਅੱਤੇ ਅੱਜ ਵਿਚਾਰ ਕਰਾਂਗੇ ਤੇ ਨਾਲ ਨਾਲ ਆਪਾਂ ਸਿਮਰਨ ਕਰਾਂਗੇ ਉਹ ਪਹਿਲਾਂ ਆਪਾਂ 10 ਮਿੰਟ ਸਿਮਰਨ ਕਰਦੇ ਆਂ ਤਾਂ ਕਿ ਆਪਣਾ ਮਨ ਟਿਕਾਣੇ ਆ ਜਾਏ ਮਨ ਸੁਣ ਦੀ ਅਵਸਥਾ ਵਿੱਚ ਆ ਜਾਏ ਤੇ ਉਸ ਤੋਂ ਬਾਅਦ ਫਿਰ ਆਪਾਂ ਕਥਾ ਵਿਚਾਰ ਕਰਿਆ ਕਰਾਂਗੇ ਕਿਉਂਕਿ ਕੋ ਬਹੁਤ ਸਾਰੇ ਗੁਰਮਖਾਂ ਦਾ ਸੁਝਾਅ ਆਇਆ ਕਿ 10 ਮਿੰਟ ਤੋਂ ਬਾਅਦ ਹਰ ਵਰੀ 10-15 ਮਿੰਟ ਜਿਹੜੀ ਵਿਚਾਰ ਜ਼ਰੂਰੀ ਹੈ ਕਿਉਂਕਿ ਅਭਿਆਸ ਤਾਂ ਆਪਾਂ ਬਾਕੀ ਦਿਨਾਂ 'ਚ ਵੀ ਸਾਰੇ ਕਰਦੇ ਹੀ ਹਾਂ ਤੇ ਆਓ ਪਹਿਲਾਂ ਆਪਾਂ ਅਭਿਆਸ ਕਰੀਏ ਨਾਮ ਜਪਣਾ ਹੈ ਆਪਾਂ ਪਹਿਲਾਂ ਜਿਹੜੀ ਸ਼ੁਰੂਆਤ ਹੁੰਦੀ ਹੈ ਰਸਨਾ ਦੁਆਰਾ ਜਪਦੇ ਹਾਂ ਉਹ ਜਿਹੜੀਆਂ ਕੋੜ ਦੀ ਪਾਲ ਹੈ ਦੁਬਤਾ ਦੁਆਰਾ ਈਰਖਾ ਦੀਆਂ ਕੰਧਾਂ ਹਨ ਉਹਨਾਂ ਨੂੰ ਤੋੜਦੇ ਹਾਂ ਤੇ ਜਦੋਂ ਉਹ ਟੁੱਟ ਜਾਂਦੀਆਂ ਨੇ ਫਿਰ ਆਪਾਂ ਗੜ੍ਹ ਵਿੱਚ ਜਾ ਕੇ ਬੈਠਣਾ ਹੁੰਦਾ ਆਪਣੇ ਘਰ ਜਾ ਕੇ ਬੈਠਣਾ ਹੁੰਦਾ ਹੈ ਦਾਸ ਕਮੀਰ ਜਿਹੜੇ ਉਹ ਗੜ੍ਹ ਉੱਪਰ ਲਾਜ ਲਿਓ ਬਨਾਸੀ ਜਿਹੜਾ ਤਿੰਨ ਗੁਣ ਮਾਇਆ ਤੋਂ ਉੱਪਰ ਹੈ ਆਪਣਾ ਘੜ੍ਹ ਉਹਦੇ ਵਿੱਚ ਆਪਾਂ ਜਾਣਾ ਹੈ ਅਜੇ ਆਪਾਂ ਕਾਲ ਦੇ ਗੜ੍ਹ ਦੇ ਵਿੱਚ ਹਾਂ ਇਹਨੇ ਆਪਾਂ ਨੂੰ ਤਿੰਨ ਗੁਣ ਮਾਇਆ ਦੇ ਗੜ੍ਹ ਦੇ ਵਿੱਚ ਘੇਰ ਕੇ ਰੱਖਿਆ ਹੋਇਆ ਹੈ ਤੇ ਨਾਮ ਜਪ ਕੇ ਆਪਾਂ ਚੌਥਾ ਪਾਤ ਜਿਹਨੂੰ ਸਤਗੁਰੂ ਦਾ ਗੜ੍ਹ ਕਹਿੰਦੇ ਨੇ ਸਹਜ ਘਰ ਕਹਿੰਦੇ ਨੇ ਅੱਪਾ ਉੱਥੇ ਜਾਣਾ ਹੈ ਤੇ ਆਪ ਪਹਿਲਾਂ ਸਿਮਰਨ ਕਰਨਾ ਹੈ ਆਪੇ ਬੋਲਣਾ ਹੈ ਆਪੇ ਸੁਣਨਾ ਹੈ ਤੇ ਜਿਨ੍ਹਾਂ ਨੂੰ ਵਿਚਾਰ ਜ਼ਿਆਦਾ ਆਉਂਦੇ ਨੇ ਇੱਕ ਬਹੁਤ ਸੌਖਾ ਤਰੀਕਾ ਹੈ ਵੀ ਵਿਚਾਰ ਨਹੀਂ ਆਣਗੇ ਤੁਸੀਂ ਆਪਣੇ ਮਨ ਦਾ ਖਿਆਲ ਰੱਖਣਾ ਧਿਆਨ ਰੱਖਣਾ ਮਨ ਦਾ ਜਿਵੇਂ ਆਪਾਂ ਕਹਿੰਦੇ ਨੇ ਬੱਚੇ ਦਾ ਧਿਆਨ ਰੱਖੋ ਹੁਣ ਮਨ ਵੀ ਬੱਚਾ ਹੈ ਇਹ ਵਿਚਾਰ ਚ ਚੱਲ ਜਾਂਦਾ ਹੈ ਸੁਣਦਾ ਨਹੀਂ ਹੈ ਹੁਣ ਨਾਲ ਇਹਦਾ ਧਿਆਨ ਰੱਖਣਾ ਆਪਾਂ ਵੇਖਣਾ ਕਿ ਵਿਚਾਰ ਲੈਣ ਜਾਂਦਾ بس ਇੰਨੇ ਹੀ ਤਿਆਰ ਰੱਖਣਾ ਤੇ ਨਾਲ ਸਿਮਰਨ ਕਰੀ ਜਾਣਾ ਤੇ ਸੁਣੀ ਜਾਣਾ ਕਿਉਂਕਿ ਕੰਨ ਤਾਂ ਖੁੱਲੇ ਹੀ ਨੇ ਨਾ ਆਪੇ ਸੁਣੀ ਜਾਂਦੇ ਨੇ ਤੇ ਨਾਲ ਧਿਆਨ ਮੰਨ ਦਾ ਰੱਖੀ ਛੱਡਣਾ ਆਕਰਜਾ ਕਿਰਪਾ ਨੇਤਰ ਬੰਦ ਕਰ ਲਓ ਆਪਣੀ ਆਵਾਜ਼ ਨੂੰ ਆਪੇ ਬੋਲਣਾ ਆਪੇ ਸੁਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰਮੁਖ ਪਿਆਰਿਓ ਹੁਣ ਆਪਾਂ ਪਹਿਲਾਂ ਨਾਲ ਨਾਲ ਗੁਰਬਾਣੀ ਵਿਚਾਰੀਏ ਜਿਹੜਾ ਆਪਾਂ ਸ਼ਬਦ ਵਿਚਾਰਨ ਲੱਗੇ ਆ ਨਾ ਜੀ ਇਹ ਜਦੋਂ ਅਸੀਂ ਸਮਝਾਉਂਦੇ ਹੁੰਦੇ ਸੀ ਤੇ ਉੱਥੇ ਕਈ ਗੁਰਮੁਖ ਤੁਹਾਨੂੰ ਪਤਾ ਇਦਾਂ ਦੇ ਹੜੱਚਾ ਕਰਨ ਵਾਲੇ ਆ ਜਾਂਦੇ ਨੇ ਉਹਨਾਂ ਕਹਣਾ ਤੁਸੀਂ ਬਾਣੀ ਪੜਨ ਤੋਂ ਰੋਕਦੇ ਹੋ ਅਸੀਂ ਫਿਰ ਉਹਨਾਂ ਨੂੰ ਸਮਝਾਉਣਾ ਮੈਂ ਰੋਕਦੇ ਨਹੀਂ ਭਾਈ ਅਸੀਂ ਕਹਿੰਦੇ ਬਾਣੀ ਪੜ੍ਹ ਕੇ ਪਹਿਲਾਂ ਸੁਣਨੀ ਹੈ ਕੰਨਾਂ ਨਾਲ ਪੜ੍ਹ ਕੇ ਕਿਉਂਕਿ ਜਦੋਂ ਆਪਾਂ ਪੜ੍ਹਨ ਲੱਗਦੇ ਬਾਣੀ ਮੰਤ ਪਾਟ ਜਾਂਦਾ ਸੁਣਦਾ ਨਹੀਂ ਆ ਸਿਮਰਨ ਕਰਦੇ ਜਿਵੇਂ ਕਰਦਾ ਬਾਣੀ ਪੜ੍ਹ ਕੇ ਨਾਲ ਸੁਣਨੀ ਹੈ ਫਿਰ ਮੰਨਣੀ ਹੈ ਜੋ ਮਹਾਰਾਏ ਕਹਿੰਦੇ ਨੇ ਮੰਨਣਾ ਹੈ ਸੱਚ ਕਰਕੇ ਵੀ ਜੋ ਲਿਖਿਆ ਸੱਚ ਹੈ ਤੇ ਫਿਰ ਮੰਨ ਕੇ ਮਨ ਦੀ ਮੈਲ ਲਾਉਣੀ ਹੈ ਜੋ ਮਹਾਰਾਏ ਕਹਿੰਦੇ ਨੇ ਸੁਣੀਏ ਮਨਿਏ ਮਨ ਕੀਤਾ ਭਾਉ ਅੰਤਰਗਤ ਤੀਰਤ ਮਲਣਾ ਇਥੋਂ ਤੱਕ ਜਾਣਾ ਇਹ ਨਹੀਂ ਵੀ ਆਪਾਂ ਇੱਕ ਕਹ ਦੀ ਪਾਠ ਕੀਤਾ ਮੈਂ ਸਵੇਰੇ ਮੇਰੇ ਇੱਕ ਗੁਰਮੁਖ ਨਾਲ ਸਾਡੇ ਪਿੰਡ ਦਾ ਜਾਂ ਕੱਲ੍ਹ ਕੱਲ ਹੋਈ ਮੈਨੂੰ ਪਤਾ ਸੀ ਵੀ ਬਾਣੀ ਬਹੁਤ ਪੜਦੇ ਨੇ ਗੁਰਮੁਖੇ ਪਰ ਜਿਹੜਾ ਕੱਲਾ ਪੜਦਾ ਹੋਵੇ ਰੋਜ਼ ਇੱਕੋ ਪਾਠ ਕਰਦਾ ਹੋਵੇ ਕਈ ਕਈ ਵਾਰੀ ਉਹਦਾ ਆਪਾਂ ਨੂੰ ਪਤਾ ਲੱਗਦਾ ਵੀ ਇਹ ਅਭਿਆਸ ਨਹੀਂ ਕਰਦਾ ਉਹ ਪੜ ਰਿਹਾ ਹੈ ਕਿਉਂਕਿ ਆਪਾਂ ਬਹੁਤ ਸਾਰਾ ਇਸ ਤਰ੍ਹਾਂ ਸੁਣਿਆ ਹੋਇਆ ਹੈ ਕਿ ਐਨੇ ਪਾਠ ਗਿਣਤੀ ਦੇ ਕਰ ਦਿਓ ਆ ਬਾਣੀ ਐਨੀ ਪੜ ਦਿਓ ਹਨਾ ਤੇ ਜਦੋਂ ਆਪਾਂ ਗਿਣਤੀ ਕਰਦੇ ਆ ਤੇ ਗੁਰਬਾਣੀ ਦੇ ਵਿੱਚ ਤੇ ਮਹਾਰਾਜ ਲਿਖ ਗਏ ਨੇ ਵੀ ਇਹ ਹਮੇ ਹਮੇ ਸਭਾ ਗਣਤ ਹੈ ਗਣਤੇ ਕੋ ਸੁਖ ਨਹੀਂ ਵਿਖ ਵਿੱਚ ਕਾਰਕ ਮਾਵਣੀ ਵਿਖਿਆ ਮਾਹੇ ਸਮਾਈ ਹੁਣ ਆਪਾਂ ਵੇਖੀਏ ਵੀ ਕੀ ਆਪਾਂ ਨੂੰ ਫਿਰ ਗਿਣਤੀ ਕਰਨੀ ਚਾਹੀਦੀ ਹੈ ਵੀ ਇੰਨੇ ਪਾਠ ਮੈਂ ਆ ਕਰ ਦਿੱਤੇ ਫਿਰ ਆਪਾਂ ਬਹੁਤ ਸਾਰੇ ਜੀਵ ਆ ਮੈਂ ਵੀ ਇਸ ਤਰ੍ਹਾਂ ਕਰਦਾ ਰਿਆਂ 40 ਦਿਨਾਂ ਚ ਅਖੰਡ ਪਾਠ ਕਰਦਾ ਦੰਦਾ ਸੀ ਬਹੁਤ ਸਾਰੇ ਪਰ ਮੈਨੂੰ ਵੀ ਕੋਈ ਸਮਝ ਨਹੀਂ ਸੀ ਆਦਾ ਫਿਰ ਮੈਨੂੰ ਵੀ ਗੁਰਮਖਾਨੇ ਜਦੋਂ ਸਮਝਾਇਆ ਭਾਈ ਵੀ ਇਹ ਸਮਝ ਕੇ ਪਾੜੇ ਦੇ ਵਿੱਚ ਭਗਤੀ ਮਾਰਗ ਲਿਖਿਆ ਹੈ ਇਹਦੇ ਵਿੱਚ ਜੀਵਨ ਜਾਚ ਲਿਖੀ ਹੈ ਫਿਰ ਉਹ ਤੈਨੂੰ ਕਿਵੇਂ ਪਤਾ ਲੱਗੂ ਫਿਰ ਫਿਰ ਵਿਚਾਰਨ ਲੱਗੇ ਹੁਣ ਗਿਣਤੀ ਕਰਕੇ ਤੇ ਮਹਾਰਾਜ ਅੱਗੇ ਫੇਰ ਅਰਦਾਸ ਕਰਦੇ ਆਂ ਵੀ ਮੈਂ ਇੰਨੇ ਪਾਠ ਕੀਤੇ ਠੀਕ ਹੈ ਨਾ ਜੀ ਤੇ ਮਹਾਰਾਜ ਕਹਿੰਦੇ ਕਰਤੇ ਅੱਗੇ ਗਣਤ ਜੇ ਰੱਖੇ ਤਿਸ ਕਾ ਹਾਲਤ ਪਲਤ ਸਭ ਗਿਆ ਮਹਾਰਾਜ ਕਹਿੰਦੇ ਗਿਣਤੀ ਕਰਕੇ ਤੁਸੀਂ ਉਹਦੇ ਅੱਗੇ ਰੱਖਦੇ ਹੋ ਵੀ ਮੈਂ ਤੇਰੇ ਵਾਸਤੇ ਆ ਇੰਨਾ ਕੁਝ ਕੀਤਾ ਅਰਦਾਸ ਕਰਦੇ ਆਂ ਤੇ ਉਹ ਮਹਾਰਾਜ ਕਹਿੰਦੇ ਉਹਦਾ ਹਾਲਤ ਪਲਤ ਇਧਰਲਾ ਵੀ ਉਧਰਲਾ ਵੀ ਗਿਆ ਕਿਉਂਕਿ ਆ ਕਹਿੰਦੇ ਕਰਤਾ ਆਪ ਅਗਣਤ ਹੈ ਸਭ ਜੱਗ ਗਣਤੇ ਪਿਆ ਇਹਨੇ ਕਰਤਾ ਤਾਂ ਆਪਾ ਗਣਦਾ ਉਹ ਦੇਣ ਲੱਗਾ ਥੱਕਦਾ ਹੀ ਨਹੀਂ ਜੁਗਾ ਚਾਰ ਜੁਗਾ ਤਾਂ ਮਹਾਰਾਜ ਕਹਿੰਦੇ ਦੰਥਾਂ ਆਂਦਾ ਤੇ ਖਾਈ ਜਾਂਦੇ ਠੀਕ ਹੈ ਨਾ ਜੁਗਾ ਜਗੰਤਰ ਖਾਈ ਖਾਏ ਉਹ ਤਾਂ ਗਣਤੀ ਨਹੀਂ ਕੀਤੀ ਤੇ ਜੇ ਆਪਾਂ ਉਹਦੇ ਵਾਸਤੇ ਮਿਲਣ ਵਾਸਤੇ ਕੁਝ ਕਰਦੇ ਆ ਤੇ ਆਪਾਂ ਨੇ ਇਹ ਵੀ ਆ ਜਾਂਦਾ ਮੈਂ ਤਾਂ ਇੰਨਾ ਸਿਮਰਨ ਕੀਤਾ ਤੇ ਤੂੰ ਤਾਂ ਮੈਨੂੰ ਮਿਲਿਆ ਹੀ ਕੁਝ ਨਹੀਂ ਠੀਕ ਹੈ ਨਾ ਉਹਦਾ ਦੰਥਾਂ ਤੋਂ ਲੈ ਕੇ ਖਾਈ ਜਾਂਦੇ ਆ ਤੇ ਇਹ ਜਿਹੜਾ ਸਿਮਰਨ ਕਰਨਾ ਆਪਣੇ ਵਾਸਤੇ ਆਪਾਂ ਕਰਨਾ ਗੁਰਮਖੋ ਨਿਰੰਕਾਰ ਨੂੰ ਸਾਡੀ ਲੋੜ ਨਹੀਂ ਸਿਮਰਨ ਦੀ ਉਹਨਾਂ ਦਾ ਖੇਲ ਚ ਪਾਇਆ ਇੱਕ ਖੇਲ ਚ ਜਿਵੇਂ ਖੇਲਦੇ ਹੋ ਉਹਦਾ ਹਿਸਾਬ ਕਰਕੇ ਆਪਣੇ ਅੱਗੇ ਰੱਖ ਦਿੰਦਾ ਪਾਇਆ ਤੇਰਾ ਲੇਖਾ ਹੈ ਤੇ ਇਸ ਲੇਖੇ ਅਨੁਸਾਰ ਤੇਰੀ ਹਸ ਜਵੰਦੀ ਹੈ ਆਹ ਤੇਰਾ ਜਨਮ ਬੰਦਾ ਹੈ ਬਸ ਉਹਨੇ ਤੇ ਹਿਸਾਬ ਕਰਨਾ ਜਿਵੇਂ ਜੱਜ ਕਰਦਾ ਹੁਣ ਇਸੇ ਤਰ੍ਹਾਂ ਹੀ ਆਪਾਂ ਮਹਾਰਾਜ ਦੱਸਦੇ ਨੇ ਕਹਿੰਦੇ ਵੀ ਪਾਠ ਪੜਨ ਦੇ ਨਾਲ ਮਾਲਕ ਜਿਹੜਾ ਨਹੀਂ ਮਿਲਦਾ ਇਨੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੈੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛਟਿਓ ਅਧਿਕ ਆਹਾ ਬੁੱਧ ਬਾਦੇ ਪਿਆਰੇ ਇਨ ਵਿਧ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ Swami ਕੇ ਦਾਰੇ ਦੀਜੇ ਬੁੱਧ ਬਵੇਕਾਂ ਮਹਾਰਾਜ ਕਹਿੰਦੇ ਪਾਠ ਅਸੀ ਕਰਦੇ ਰਹਿ ਜਿਵੇਂ ਆਪਾਂ ਨੂੰ ਕੋਈ ਮੰਤਰ ਦੇ ਦਿੰਦੇ ਆ ਨਾ ਕਈ ਬਈ ਐਸੇ ਇੰਨੇ ਪਾਠ ਕਰਦੇ ਇਸੇ ਤਰ੍ਹਾਂ ਆਪਰ ਨੂੰ ਕੋਈ ਅੱਜ ਅੰਦਾਜ਼ ਦਿੰਦਾ ਜਪਜੀ ਸਾਹਿਬ ਦੇ ਇੰਨੇ ਪਾਠ ਕਰਦੇ ਕੋਈ ਦਾਤਾ ਸੋਹਣੀ ਸਾਹਿਬ ਇੰਨੇ ਪਾਠ ਕਰਦੇ ਮੇਰਾ ਆਪਣਾ ਭਰਾ ਖੁਦ ਦਾ ਸੱਤ-ਸੱਤ ਪਾਠ ਸੋਹਣੀ ਸਾਹਿਬ ਦਾ ਕਰਦਾ ਸੀ ਤੇ ਇੱਕ ਵਾਰ ਖਰਾਬ ਹੋ ਗਿਆ ਕੰਮ ਕੋਈ ਤੇ ਮੇਰੇ ਨਾਲ ਗੱਲਬਾਤ ਹੋਈ ਤੇ ਮੈਨੂੰ ਕਹਿੰਦਾ ਵੀ ਮੈਂ ਇੰਨੇ ਸੋਹਣੀ ਸਾਹਿਬ ਦੇ ਪਿੱਛੇ ਪਾਠ ਕੀਤੇ ਮੇਰਾ ਕੰਮ ਫੇਰ ਖਰਾਬ ਹੋ ਗਿਆ ਮੈਂ ਸੱਤ-ਸੱਤ ਰੋਜ਼ ਕਰ ਦਿੰਦਾ ਸੀ ਉਹ 7-7 ਘੰਟੇ ਗੁਰਮੁਖ ਲੱਗਾ ਰਹਿੰਦਾ ਹੈ 2-3 ਘੰਟੇ ਸਵੇਰੇ 2-3 ਰਾਤ ਨੂੰ ਫਿਰ ਮੈਨੂੰ ਦੱਸਿਆ ਮੈਂ ਕਿ ਭਾਈ ਵੀ ਇਹਦੇ ਵਿੱਚ ਤੇਰੇ ਕੰਮ ਦਾ ਕੁਝ ਵੀ ਨਹੀਂ ਲਿਖਿਆ ਇਹਦੇ ਵਿੱਚ ਤਾਂ ਤੇਰੇ ਅੰਦਰ ਦੇ ਮਨ ਦਾ ਲਿਖਿਆ ਸਿਵਰਨ ਬਾਰੇ ਲਿਖਿਆ ਹੈ ਸੰਤਾਂ ਬਾਰੇ ਲਿਖਿਆ ਆਪਣਾ ਸੰਤ ਮਾਨ ਹੈ ਜਿਹੜਾ ਉਹਦੇ ਬਾਰੇ ਲਿਖਿਆ ਉਹਨੇ ਕਿਵੇਂ ਸੰਤ ਬਣਨਾ ਹੈ ਉਸ ਮਨ ਨੇ ਸਾਧੂ ਕਿਵੇਂ ਬਣਨਾ ਹੈ ਇਹ ਲਿਖਿਆ ਹੈ ਤੇ ਗੁਰਮੁਖ ਪਿਆਰਿਓ ਇਸੇ ਤਰੀਕੇ ਹੁਣ ਬਹੁਤ ਸਾਰੇ ਜੀਵ ਇਸ ਤਰ੍ਹਾਂ ਕਰਦੇ ਨੇ ਜਿਵੇਂ ਮੇਰੇ ਆਪਣੀ ਗੱਲ ਬੰਦੇ ਨੂੰ ਕਰ ਲੈਣੀ ਚਾਹੀਦੀ ਆ ਉਹਦੇ ਨਾਲ ਜ਼ਿਆਦਾ ਬੰਦਾ ਸਿੱਖ ਜਾਂਦਾ ਹੈ ਮੇਰਾ ਫਾਦਰ ਜਦੋਂ ਮੈਂ 15 16 ਸਾਲ ਦੀ ਉਮਰ ਤੋਂ ਵੇਖਦਾ ਹੁੰਦਾ ਸੀ ਮੇਰਾ ਫਾਦਰ 2 ਵਜੇ ਜਾਗ ਪੈਂਦਾ ਸੀ ਸਵੇਰ ਨੂੰ ਔਰ ਉਹਨੇ 6 7 ਵਜੇ ਤੱਕ ਜਿੰਨੇ ਪਾਠ ਹੋ ਗਏ ਜਪਜੀ ਸਾਹਿਬ ਦੇ ਕਰ ਦੇਣੇ ਜਿੰਨੇ ਤੋਂ ਹੋ ਗਏ ਕਰੀ ਜਾਣੇ ਲੱਗਾ ਔਰ ਮੈਨੂੰ ਜਦੋਂ ਮੈਂ ਬਾਣੀ ਵਾਲੇ ਪਾਸੇ ਲੱਗਾ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਰਟਨ ਹੋਇਆ ਸੀਗਾ ਬਾਣੀ ਦਾ ਉਹ ਪਾਠ ਕਰ ਲੈਂਦਾ ਸੀ ਲੇਕਿਨ ਉਹਨੂੰ ਸਮਝ ਨਹੀਂ ਸੀ ਆਉਂਦੀ ਇਹ ਗੱਲ ਪਤਾ ਲੱਗ ਜਾਂਦਾ ਨਾ ਹੁਣ ਇਸ ਕਰਕੇ ਮਹਾਰਾਜ ਕਹਿੰਦੇ ਜੇ ਤੇ ਇਸ ਤਰ੍ਹਾਂ ਪੜ੍ਹਦੇ ਹੋ ਤੇ ਮਾਲਕ ਨੂੰ ਮਿਲਣ ਦਾ ਇਹ ਤਰੀਕਾ ਹੀ ਨਹੀਂਗਾ ਪਾਠ ਪੜਿਓ ਔਰ ਬੇਦ ਵਿਚਾਰਿਓ ਜੇ ਆਪਾਂ ਵਿਚਾਰ ਵੀ ਲੈ ਪਤਾ ਲੱਗ ਗਿਆ ਵੀ ਮਹਾਰਾਜ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ ਵੇਦਵਾਨ ਹੁੰਦਾ ਗਿਆਨ ਇੱਕ ਵੇਦ ਲਿਖੀ ਵੀ ਹੈ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾ ਵਾਲੇ ਦੇਸ ਜਰੀਆ ਹੁਣ ਜੇ ਆਪਾਂ ਇਹ ਰੋਜ਼ ਪੜ੍ਹੀ ਜਾਈਏ ਲੇਕਿਨ ਮਿਲਣ ਦਾ ਬਰਾਲਾ ਕੋਈ ਕਰੀਏ ਹੀ ਨਾ ਉਹਨੂੰ ਕਹਿੰਦੇ ਨੇ ਪਾਠ ਕੀਤਾ ਤੇ ਮਹਾਰਾਜ ਕਹਿੰਦੇ ਵੀ ਇਹ ਨਹੀਂ ਬਾਣੀ ਚ ਲਿਖਿਆ ਹੋਇਆ ਤਰੀਕਾ ਉਹ ਕਰਨਾ ਕਿੰਨੇ ਕਹਿੰਦੇ ਵੇਦਾਂ ਦੀ ਵਿਚਾਰ ਕੀਤੀ ਕਿ ਨਿਵਲ ਭੰਗਮ ਸਾਧੇ ਜਿਵੇਂ ਨਾ ਜੋਗੀ ਕਰਦੇ ਹੁੰਦੇ ਸੀ ਆਪਣੇ ਨੂੰ ਬਰਾਬਰ ਕਰਦੇ ਰਹਣਾ ਹੁਣ ਆਪਾਂ ਪੜਾਣਾ ਨਾਮ ਜਪਦੇ ਆ ਇਹ ਦੋਵੇਂ ਬਰਾਬਰ ਹੋ ਜਾਂਦੇ ਨੇ ਦਸਵਾਂ ਦਵਾਰ ਅਗੋ ਖੁੱਲ ਜਾਂਦਾ ਠੀਕ ਹੈ ਕੀ ਪੁੱਛਦੇ ਨੇ ਵੀ ਕਿਵੇਂ ਖੁੱਲਦਾ ਹੈ ਸਿਮਰਨ ਕਰਦਿਆਂ ਕਰਦਿਆਂ ਖੁੱਲ ਜਾਂਦਾ ਤੇ ਜਾ ਆਪਾਂ ਇੱਥੇ ਲਾਗੇ ਨੇ ਇੱਥੇ ਸਿਮਰਨ ਵਾਹ ਗੁਰੂ ਵਾਹ ਗੁਰੂ ਕਰੀਏ ਤਾਂ ਖੁੱਲ ਜਾਂਦਾ ਜੇ ਆਪਾਂ ਐ ਸਾਹ ਚੱਲ ਵੀ ਵੇਖੀ ਤਾਂ ਵੀ ਖੁੱਲ ਜਾਂਦਾ ਤੇ ਜੇ ਇੱਥੇ ਸਵਾਸ ਰੋਕ ਰੋਕ ਕੇ 2-4 ਵਾਰੀ ਛੱਡੀ ਤਾਂ ਵੀ ਖੁੱਲ ਜਾਂਦਾ ਤੇ ਸਭ ਤੋਂ ਵਧੀਆ ਤਰੀਕਾ ਸਿਮਰਨ ਕਰੋ ਸਿਮਰਨ ਕਰਦਿਆਂ ਕਰਦਿਆਂ ਖੁੱਲ ਜਾਂਦਾ ਤੇ ਫਿਰ ਸਾਹ ਰੋਕ ਸਵਾਸ ਥੋੜਾ ਥੋੜਾ ਰੋਕ ਕੇ ਆਪਾਂ ਅੰਦਰ ਜਾਣਾ ਕਿਉਂਕਿ ਸਾਹ ਦੀ ਗੱਲ ਐ ਇਸ ਸੁਨਣੇ ਤੁਜੀ ਸੁਨ ਜਿਹੜੀ ਹੈ ਆਪਣੀ ਪੌਣ ਦੇ ਵਿੱਚ ਜਿਹਨੂੰ ਮਹਾਰਾਜ ਕਹਿੰਦੇ ਸੁਨਣੇ ਸੁਨ ਮਿਲੇ ਸਮਦਰਸੀ ਪਵਨ ਰੂਪ ਹੋ ਜਾਏਗੇ ਨਾ ਪੌਣ ਦੇ ਵਿੱਚ ਜਾਣਾ ਠੀਕ ਹੈ ਨਾ ਇਹ ਬੜਾ ਭਗਤੀ ਮਾਰਗ ਦੱਸਿਆ ਤੇ ਉਹ ਇਸ ਤਰ੍ਹਾਂ ਕਰਦੇ ਸੀ ਨਿਵਲ ਭੰਗਮ ਸਾਦੇ ਤੇ ਕਹਿੰਦੇ ਪਰ ਪੰਜ ਜਨਾਂ ਸਿਓ ਸੰਗ ਨਾਲ ਛੁਟਕਿਓ ਪਰ ਜਿਹੜੇ ਪੰਜ ਦੂਤ ਸੀ ਉਹਨਾਂ ਕੋਲੋਂ ਖੜਾ ਨਹੀਂ ਛੜਿਆ